ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਉਹ ਦਾਸ ਭਾਈ ਗੁਰਦੇਵ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਮੈਂ ਅੱਜ ਇੱਕ ਖਾਸ ਮੁੱਦੇ ਤੁਹਾਡੇ ਨਾਲ ਗੱਲ ਕਰਨ ਲਈ ਹਾਜ਼ਰ ਹੋਇਆ ਜੀ, ਕਿ ਜੋ ਹੁਣੇ ਹੁਣੇ ਘਟਨਾ ਵਾਪਰੀ ਚੰਡੀਗੜ੍ਹ ਏਅਰਪੋਰਟ 'ਤੇ, ਜੋ ਕਿ ਨਵੀਂ ਬਣੀ MP ਕੰਗਣਾ ਰਣੌਤ, ਜਿਸ ਨੂੰ ਭੈਣ ਜੀ ਕੁਲਵਿੰਦਰ ਕੌਰ ਵੱਲੋਂ ਇੱਕ ਥੱਪੜ ਵੱਜਾ ਹੈ। ਥੱਪੜ ਮਾਰਨਾ ਵੀ ਚੰਗਾ ਨਹੀਂ ਹੈ ਮੈਂ ਸਮਝਦਾ, ਪਰ ਵੱਜਣ ਦੇ ਕਾਰਨ ਹੁੰਦੇ ਆ, ਕੋਈ ਐਵੇਂ ਕਿਸੇ ਨੂੰ ਥੱਪੜ ਨਹੀਂ ਮਾਰਦਾ। ਕਿਉਂਕਿ ਕੰਗਣਾ ਰਣੌਤ ਨੇ ਕਿਸਾਨੀ ਧਰਨੇ ਦੇ ਦੌਰਾਨ ਬਹੁਤ ਹੀ ਭੱਦੀ ਸ਼ਬਦਾਵਲੀ ਦੇ ਨਾਲ ਕਿਸਾਨਾਂ ਨੂੰ ਔਰ ਸਾਡੀਆਂ ਬੀਬੀਆਂ ਮਾਤਾਵਾਂ ਨੂੰ ਸੰਬੋਧਨ ਕੀਤਾ ਸੀਗਾ, ਜਿਹਦੇ ਵਿੱਚ ਉਹਨੇ ਇੱਥੋਂ ਤੱਕ ਕਹਿ ਦਿੱਤਾ ਸੀ ਕਿ 100-100 ਰੁਪਈਏ 'ਤੇ ਵਿਕਦੀਆਂ ਨੇ ਪੰਜਾਬ ਦੀਆਂ ਬੀਬੀਆਂ। ਮੈਂ ਇਹ ਗੱਲ ਦੱਸਣਾ ਚਾਹੁੰਦਾ, ਉਹ ਦਿਨ ਇਹਨਾਂ ਨੂੰ ਭੁੱਲ ਗਏ ਨੇ ਜਦੋਂ ਇਹਨਾਂ ਦੀਆਂ ਬੀਬੀਆਂ ਗਜ਼ਨਵੀ ਦੇ ਬਾਜ਼ਾਰ ਵਿੱਚ ਟਕੇ ਟਕੇ 'ਤੇ ਵਿਕਦੀਆਂ ਸੀ, ਪਰ ਸਿੰਘਾਂ ਨੇ ਛਡਾ ਕੇ ਘਰਾਂ ਨੂੰ ਦਿੱਤੀਆਂ, ਸਹੀ ਥਾਂ 'ਤੇ ਪਹੁੰਚਾਈਆਂ, ਔਰ ਕਦੀ ਕਿਸੇ ਨੇ ਇੱਦਾਂ ਦੀ ਅਪਮਾਨਜਨਕ ਸ਼ਬਦਾਵਲੀ ਨਹੀਂ ਵਰਤੀ। ਪਰ ਫਿਰ ਵੀ ਕੰਗਣਾ ਰਣੌਤ ਨੇ ਕਿਸਾਨਾਂ ਦੇ ਉੱਤੇ ਔਰ ਸਾਡੀਆਂ ਮਾਤਾਵਾਂ ਉੱਤੇ ਬੜੀ ਮਾੜੀ ਸ਼ਬਦਾਵਲੀ ਵਰਤੀ ਸੀ, ਜਿਹਦਾ ਵਿਰੋਧ ਅੱਜ ਉਹਨੂੰ ਝੱਲਣਾ ਪਿਆ, ਜਦੋਂ ਚੰਡੀਗੜ੍ਹ ਏਅਰਪੋਰਟ 'ਤੇ ਭੈਣ ਜੀ ਕੁਲਵਿੰਦਰ ਕੌਰ ਨੇ ਇੱਕ ਥੱਪੜ ਮਾਰਿਆ। ਸਮਝ ਜਾਣਾ ਚਾਹੀਦਾ ਸੀ ਕਿ ਮੈਂ ਗਲਤ ਬੋਲੀ ਸਾਂ ਤਾਂ ਮੇਰੇ ਥੱਪੜ ਵੱਜਾ, ਪਰ ਮੈਂ ਹੈਰਾਨ ਹਾਂ, ਪੜ੍ਹੀ ਲਿਖੀ ਹੈ, ਇੰਨੀ ਵੱਡੀ ਤੂੰ ਸਟਾਰ ਹੈ, ਔਰ ਅੱਜ ਤੈਨੂੰ ਲੋਕਾਂ ਨੇ MP ਵੀ ਚੁਣ ਲਿਆ, ਪਰ ਸਿਆਣਪ ਅਜੇ ਵੀ ਤੇਰੇ ਲਾਗੇ ਬੰਨੇ ਨਹੀਂ ਆਈ, ਕਿਉਂਕਿ ਥੱਪੜ ਵੱਜਣ ਤੋਂ ਬਾਅਦ ਉਹ ਕੀ ਬੋਲਦੀ ਹੈ ਕਿ ਪੰਜਾਬ ਵਿੱਚ ਖਾੜਕੂ ਜਨਮ ਲੈ ਰਹੇ ਨੇ, ਖਾੜਕੂ ਵਾਦ ਉੱਪਰ ਆ ਰਿਹਾ ਹੈ, ਅਤੇ ਇਹਨੂੰ ਠੱਲਿਆ ਜਾਵੇ, ਇਹਨੂੰ ਨੱਥ ਪਾਈ ਜਾਵੇ, ਕੀ ਬਿਆਨ ਦੇ ਰਹੀ ਹੈ। ਕਿਉਂਕਿ ਇਸ ਵਕਤ ਭਾਈ ਅੰਮ੍ਰਿਤਪਾਲ ਸਿੰਘ ਜੀ ਵੀ MP ਬਣੇ, ਭਾਈ ਸਰਬਜੀਤ ਸਿੰਘ ਬਣੇ, ਲੋਕਾਂ ਨੇ ਚੁਣ ਕੇ ਵੋਟਾਂ ਪਾ ਕੇ ਭੇਜਿਆ, ਅਤੇ ਇਹਨੂੰ ਹੁਣ ਖਾੜਕੂਵਾਦ ਉੱਭਰਦਾ ਦਿਸ ਰਿਹਾ। ਕੀ ਹੁਣ ਜਿਹੜਾ ਸਿੱਖ ਹੈ ਜਾਂ ਸਿੰਘ ਹੈ ਉਹ ਚੋਣਾਂ ਲੜ ਕੇ ਵੀ ਇਹਨਾਂ ਦੇ ਬਰਾਬਰ ਨਾ ਬੈਠੇ? ਇਸ ਬੀਬੀ ਦੇ ਅੰਦਰ ਬਹੁਤ ਜ਼ਿਆਦਾ ਨਫ਼ਰਤ ਭਰੀ ਹੋਈ ਹੈ, ਮੈਨੂੰ ਲੱਗਦਾ ਇਹ ਕਿਸੇ ਵੀ ਸਿੱਖ ਨੂੰ ਵੇਖਣਾ ਨਹੀਂ ਚਾਹੁੰਦੀ। ਗਲਤੀ ਪਹਿਲਾਂ ਆਪ ਕਰਦੀ ਹੈ, ਚਪੇੜ ਵੀ ਖਾਂਦੀ ਹੈ, ਥੱਪੜ ਖਾਂਦੀ ਹੈ, ਅਤੇ ਗਲਤ ਫਿਰ ਸਾਰੇ ਪੰਜਾਬੀਆਂ ਨੂੰ ਕਹਿ ਰਹੀ ਹੈ। ਇਹ ਵੀਡੀਓ ਬਣਾਉਣ ਦਾ ਮੇਰਾ ਕਾਰਨ ਇਹ ਹੈ ਕਿ ਤੈਨੂੰ ਥੱਪੜ ਮਾਰਿਆ ਭੈਣ ਜੀ ਕੁਲਵਿੰਦਰ ਕੌਰ ਨੇ, ਤੂੰ ਗੱਲ ਕਰ ਕਿ ਮੇਰੇ ਥੱਪੜ ਕਿਉਂ ਮਾਰਿਆ। ਕਾਨੂੰਨ ਬੈਠਾ, ਅਦਾਲਤਾਂ ਬੈਠੀਆਂ ਨੇ, ਉਹ ਫੈਸਲਾ ਕਰ ਲੈਣਗੀਆਂ ਥੱਪੜ ਕਿਉਂ ਵੱਜਿਆ, ਵੀ ਬਦਕਲਾਮੀ ਸ਼ੁਰੂਆਤ ਕਿਹਨੇ ਕੀਤੀ ਸੀ, ਆਪੇ ਕਾਨੂੰਨ ਵੇਖੇਗਾ। ਪਰ ਇਹ ਸਾਰੇ ਪੰਜਾਬ ਨੂੰ ਕਿਵੇਂ ਦੁਬਾਰਾ ਤੋਂ ਤੁਸੀਂ ਖਾੜਕੂਵਾਦ ਨਾਲ ਜੋੜ ਕੇ ਅਤੇ ਮੀਡੀਆ ਨੂੰ ਦਿਖਾ ਰਹੇ ਹੋ ਕਿ ਉੱਥੇ ਪੰਜਾਬ ਦੇ ਵਿੱਚ ਖਾੜਕੂ ਲਹਿਰ ਉੱਭਰ ਰਹੀ ਹੈ? ਕੋਈ ਖਾੜਕੂ ਥੋੜ੍ਹੀ ਸੀ ਉਹ ਤਾਂ ਭੈਣ, ਸਗੋਂ ਪੁਲਿਸ ਦੇ ਵਿੱਚ ਹੈ, CIF ਮੇਰੇ ਖਿਆਲ ਉਹਨਾਂ ਦੀ ਹੈਗੀ ਹੈ ਪੋਸਟ ਵਿੱਚ, ਜਿਹਦੇ ਵਿੱਚ ਉਹ ਭਰਤੀ ਨੇ, ਪੁਲਿਸ ਫੋਰਸ ਵਿੱਚ ਭਰਤੀ ਨੇ, ਤੁਹਾਡੀ ਉਹ ਸੁਰੱਖਿਆ ਕਰਦੇ ਨੇ। ਹੁਣ ਤੁਹਾਨੂੰ ਸੁਰੱਖਿਆ ਕਰਮਚਾਰੀ ਵੀ ਖਾੜਕੂ ਦਿਸਦੇ ਆ, ਅਤੇ ਕੀ ਕਰੀਏ, ਬੋਲਣਾ ਤੁਸੀਂ ਗਲਤ, ਥੱਪੜ ਤੁਹਾਨੂੰ ਪੈਣੇ, ਅਤੇ ਤੁਸੀਂ ਸਾਰੇ ਪੰਜਾਬ ਨੂੰ ਸੰਬੋਧਨ ਕਰਕੇ, ਕੋਈ ਲੀਡਰ ਉੱਠਦਾ ਉਹ ਕਹਿੰਦਾ ਪੰਜਾਬ ਉੜਤਾ ਪੰਜਾਬ ਹੈ, ਨਸ਼ੇ ਦਾ ਪੰਜਾਬ ਹੈ, ਕੋਈ ਬੋਲਦਾ ਕਹਿੰਦਾ ਖਾੜਕੂ ਪੰਜਾਬ ਹੈ। ਨਹੀਂ ਭਾਈ, ਜਦੋਂ ਆਕਸੀਜਨ ਦੇ ਲੰਗਰ ਲਾਉਂਦੇ ਉਹ ਹੀ ਪੰਜਾਬੀ ਹੈ, ਜਦੋਂ ਹੜਾਂ ਦੇ ਵਿੱਚ ਮਦਦ ਕਰਦੇ ਉਹੀ ਪੰਜਾਬੀ ਹੈ, ਜਦੋਂ ਤੁਹਾਡੇ ਨਾਲ ਕੋਈ ਵੀ ਵਿਪਤਾ ਆ ਜਾਏ ਜਦੋਂ ਖਲੋਂਦੇ ਉਹੀ ਪੰਜਾਬੀ ਹੈ। ਪਰ ਇਹ ਗੱਲ ਬੜੀ ਦੁਖਦਾਈ ਲੱਗੀ ਕਿ ਜਿਹੜੀ ਬੀਬੀ ਕੰਗਣਾ ਰਣੌਤ ਹੈ, ਇਹਨੇ ਅਜੇ ਵੀ ਬੋਲਣਾ ਨਹੀਂ ਸਿੱਖਿਆ,
ਕੱਲ ਨੂੰ ਜੇ ਹੋਰ ਕਿਸੇ ਨੂੰ ਉੱਠ ਕੇ ਦੋ ਥੱਪੜ ਹੋਰ ਮਾਰਤੇ ਤਾਂ ਫਿਰ ਇਹਨੇ ਜਮਾਂ ਹੀ ਪੰਜਾਬੀਆਂ ਵਾਸਤੇ ਹੋਰ ਕੁਝ ਬੋਲਣਾ। ਸੋ ਇਸ ਕਰਕੇ ਉਹਨੂੰ ਅਜੇ ਵੀ ਸੋਚ ਕੇ ਬੋਲਣਾ ਚਾਹੀਦਾ, ਜਿਹਦਾ ਕਿ ਪਹਿਲਾਂ ਖਮਿਆਜ਼ਾ ਨੂੰ ਭੁਗਤਣਾ ਪਿਆ, ਗਾਂ ਸੋਚ ਕੇ ਬੋਲਿਆ ਕਰੇ। ਬਸ ਮੇਰੀ ਇੰਨੀ ਬੇਨਤੀ। ਅਤੇ ਮੈਂ ਸਾਰੇ ਕਿਸਾਨ ਵੀਰਾਂ ਨੂੰ ਕਹਿੰਦਾ ਕਿ ਵੀਰੋ, ਭੈਣ ਕੁਲਵਿੰਦਰ ਕੌਰ ਦਾ ਸਾਥ ਤੁਹਾਨੂੰ ਸਾਨੂੰ ਸਾਰਿਆਂ ਨੂੰ ਦੇਣਾ ਚਾਹੀਦਾ। ਉਹ ਹੁਣ ਇਕੱਲੀ ਨਹੀਂ ਪੈ ਜਾਣੀ ਚਾਹੀਦੀ, ਕਿਉਂਕਿ ਉਹਦੇ ਮਨ ਵਿੱਚ ਕਿਸਾਨਾਂ ਨੂੰ ਵਰਤੀ ਗਈ ਸ਼ਬਦਾਵਲੀ ਦਾ ਰੋਸ ਸੀ, ਉਹਨੇ ਪ੍ਰਗਟ ਕੀਤਾ। ਅਤੇ ਕਿਸਾਨ ਵੀਰ ਵੀ ਜਾਂ ਹੋਰ ਵੀ ਜਿਹੜੇ ਭੈਣ ਕੁਲਵਿੰਦਰ ਕੌਰ ਦੀ ਮਦਦ ਕਰ ਸਕਦੇ, ਜ਼ਰੂਰ ਅੱਗੇ ਆਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।